ਇਨੇ ਖੁਦ ਅਮਰਤ ਛਕਿਆ ਹੋਇਆ ਹੈ ਔਰ ਇਹਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਹੈ ਕਿ ਨੌਜਵਾਨ ਪੀੜ੍ਹੀ ਨੂੰ ਅਮਰਤਪਾਲ ਆਪਣੇ ਮਗਰ ਲਗਾ ਕੇ ਸਵਾਰਥ ਅਮਰਤ ਛਕਣ ਫੇਰ ਤਾਂ ਇਹਦੇ ਪਿੱਛੇ ਵੀ ਸਵਾਰਥ ਹੋਣਾ ਇਹਨੇ ਵੀ ਆਪਣੇ ਸਵਾਰਥ ਲਈ ਅਮਰਤ ਛਕਿਆ ਹੋਣਾ ਹੈ ਹੈ ਇਹ ਤਾਂ ਉਹ ਕੰਮ ਹੋ ਗਿਆ ਕਿ ਘਰ ਦਾ ਪੇਤੀ ਲੰਕਾ ਢਾਵੇ ਰਾਵਣ ਮਰਦਾ ਨਹੀਂ ਸੀ ਜੇ ਭਵੀਸ਼ਣ ਨਾ ਹੁੰਦਾ ਇਹ ਸਿੱਖ ਕੌਮ ਦੇ ਵਿੱਚ ਭਵੀਸ਼ਣ ਦਾ ਰੋਲ ਅਦਾ ਕਰ ਰਿਹਾ ਹੈ ਅਸਲ ਤਾਂ ਇੱਥੋਂ ਤਕਲੀਫ ਹੋਈ ਹੈ ਕਿ ਅਮਰਤਪਾਲ ਸਿੱਖ ਰਾਸ਼ਟਰ ਦੀ ਗੱਲ ਕਰਦਾ ਜਦੋਂ ਇਹਦੇ ਆਕਾ ਜਿਹੜੇ ਹੈਗੇ ਆਰਐਸਐਸ ਵਾਲੇ ਜਿਨ੍ਹਾਂ ਦੀ ਇਹ ਪੈਦਾਵਾਰ ਹੈ ਜਿਸ ਬਾਗ ਦੀ ਇਹ ਫਸਲ ਹੈ ਜਦੋਂ ਉਹ ਹਿੰਦੂ ਰਾਸ਼ਟਰੀ ਦੀ ਗੱਲ ਕਰਦੇ ਨੇ ਜਾਦੇ ਕਿਹੜੀ ਖੱਟ ਦੇ ਵਿੱਚ ਜਾ ਵੜਦਾ ਉਹ ਏਜੰਟ ਦੱਸਦੇ ਹਾਂ ਬੂਟਾ ਸਿੰਘ ਕਾ ਨਾਮਰਤ ਪਾਲ ਏਜੰਟ ਹੈ ਜਵਾਨੀ ਦਾ ਨੁਕਸਾਨ ਕਰਨ ਲਈ ਸਿੱਖ ਕੌਮ ਦਾ ਨੁਕਸਾਨ ਕਰਨ ਲਈ ਕਹਿੰਦੇ 84 ਚ ਨੁਕਸਾਨ ਹੋਇਆ ਜਵਾਨੀ ਦਾ ਕੋਈ ਨੁਕਸਾਨ ਨਹੀਂ ਸੀ ਉਹ ਸ਼ਹੀਦੀਆਂ ਸੀਗੀਆਂ ਜਦੋਂ ਤੁਸੀਂ ਹਰਮੰਦਰ ਸਾਹਿਬ ਦੇ ਉੱਤੇ ਜੁੱਤੀਆਂ ਲੈ ਕੇ ਚੜ ਗਏ ਹੋ ਟੈਂਕ ਲੈ ਕੇ ਜਾ ਬੜੇ ਹੋ ਅੰਦਰ ਉਹਨਾਂ ਨੇ ਪਹਿਲਾਂ ਅੰਮ੍ਰਿਤ ਛਕਾਇਆ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਫਿਰ ਉਹਨਾਂ ਤੋਂ ਖੁਦ ਅੰਮ੍ਰਿਤ ਛਕਾਇਆ ਉਹਨਾਂ ਨੂੰ ਪੰਜ ਪਿਆਰੇ ਬਣਾ ਕੇ ਉਹਨਾਂ ਤੋਂ ਖੁਦ ਫਿਰ ਅੰਮ੍ਰਿਤ ਪਾਨ ਕੀਤਾ ਇਹ ਇਹ ਸਵਾਲ ਜੇ ਅਗਰ ਅੰਮ੍ਰਿਤਪਾਲ ਤੇ ਕਰ ਰਹੇ ਹੈ ਨਾ ਤਾਂ ਇਹ ਸਵਾਲ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸਵਾਲ ਉਠਾ ਰਿਹਾ ਹੈ ਇਹ ਇਹ ਖੁਦ ਬੁੱਟਾ ਸਿੰਘ ਵਰਗੇ ਹੀ ਨੁਕਸਾਨ ਕਰਾਉਣ ਵਾਲੇ ਤੁਰੇ ਹੋਏ ਨਾ ਅੰਮ੍ਰਿਤਪਾਲ ਜੀ ਬੜੇ ਹੀ ਤੇ ਸਿੱਖ ਉਸ ਜ਼ਬਰ ਦੇ ਖਿਲਾਫ ਲੜਦੇ ਸੀਗੇ ਜਿਹੜੇ ਮੁਸਲਮਾਨ ਤਾ ਸਿੰਘ ਕਹਿੰਦਾ ਅਮਰਤਪਾਲ ਗਲਤ ਕਰ ਰਿਹਾ ਜੇ ਕ੍ਰਿਸ਼ਨਾ ਨੂੰ ਬੰਗਾਰ ਰਿਹਾ ਮੈਨੂੰ ਤਾਂ ਬਾਜ਼ਾਰ ਦੇ ਵਿੱਚ ਲਿਆ ਕੇ ਲੋਕਾਂ ਦੇ ਵਿੱਚ ਇਸ ਨੂੰ ਪੁੱਛਣਾ ਚਾਹੀਦਾ ਹੈ ਕਿ ਤੂੰ ਖੁਦ ਇੱਕ ਸਿੱਖੀ ਬਾਣੇ ਦੇ ਵਿੱਚ ਐ ਤੈਨੇ ਅਮਰਤ ਛਕਿਆ ਹੋਇਆ ਹੈ ਤੈਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਹੈ Press the bell icon and never missing video from Sirat Punjab D ਜਦੋਂ ਅਸੀਂ ਪੰਜਾਬ ਦੇ ਮਾਹੌਲ ਦੀ ਗੱਲ ਕਰਦੇ ਹਾਂ ਤਾਂ ਅੱਜ ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਜੇਕਰ ਗੱਲ ਕਰੀਏ ਤਾਂ ਤਣਾਅਪੂਰਵਕ ਬਣਦਾ ਜਾ ਰਿਹਾ ਹੈ ਕਦੇ ਅਮਰਤਪਾਲ ਸਿੰਘ ਕਹਿੰਦਾ ਹੈ ਕਿ ਮੈਂ ਪੰਜਾਬ ਨੂੰ ਪੰਜਾਬ ਦੇ ਹੱਕ ਦਵਾਉਣੇ ਆ ਖਾਲਸਤਾਨ ਦਵਾਉਣਾ ਹੈ ਪਰ ਅਮਰਤਪਾਲ ਸਿੰਘ ਦਾ ਵਿਰੋਧ ਵੀ ਹੋ ਰਿਹਾ ਹੈ ਅਮਰਤਪਾਲ ਸਿੰਘ ਦਾ ਵਿਰੋਧ ਕਈ ਸਿੱਖ ਵੀ ਕਰ ਰਹੇ ਨੇ ਕਈ ਸਿੱਖ ਕਰ ਰਹੇ ਨੇ ਕਈ ਕ੍ਰਿਸ਼ਚਨ ਕਰ ਰਹੇ ਨੇ ਅੱਜ ਜਿਹੜਾ ਹੈ ਅਮਰਤਪਾਲ ਦੇ ਵਿਰੋਧ ਦੇ ਵਿੱਚ ਕ੍ਰਿਸ਼ਚਨ ਸੜਕਾਂ ਤੇ ਉਤਰੇ ਨੇ ਪਰ ਅਮਰਤਪਾਲ ਦੀ ਸਪੋਰਟ ਦੇ ਵਿੱਚ ਵੀ ਕਈ ਲੋਕ ਨੇ ਜੇ ਅੱਜ ਗੱਲ ਕਰ ਲਈਏ ਤਾਂ ਅਮਰਤਪਾਲ ਦੀ ਸਪੋਰਟ ਦੇ ਵਿੱਚ ਇੱਕ ਮੁਸਲਮਾਨ ਵੀਰ ਆਇਆ ਇਕ ਮੁਹੰਮਦ ਵੀਰ ਅਮਰਤਪਾਲ ਦੀ ਸਪੋਰਟ ਦੇ ਵਿੱਚ ਆਇਆ ਹੈ ਮੁਹੰਮਦ ਵੀਰ ਨੂੰ ਇੱਕ ਸਿੱਖ ਤੇ ਇਤਰਾਜ਼ ਹੈ ਜੋ ਅਮਰਤਪਾਲ ਤੇ ਬਾਰ ਬਾਰ ਸਵਾਲ ਚੁੱਕਦਾ ਹੈ ਉਂਗਲੀਆਂ ਚੁੱਕਦਾ ਹੈ ਗਿਆਨੀ ਬੂਟਾ ਸਿੰਘ ਗਿਆਨੀ ਬੂਟਾ ਸਿੰਘ ਤੇ ਇਤਰਾਜ਼ ਕਰਕੇ ਜਿਹੜਾ ਹੈ ਮੁਸਲਮਾਨ ਵੀਰ ਬਿੱਟੂ ਚਾਹਾਨ ਸਾਡੇ ਨਾਲ ਮੌਜੂਦ ਹੈ ਬਿੱਟੂ ਚਾਹਾਨ ਨਾਲ ਆਪਾਂ ਗੱਲਬਾਤ ਕਰ ਲੈਂਦੇ ਆ ਕਿ ਅਮਰਤਪਾਲ ਨੂੰ ਕਿੱਦਾਂ ਦੇਖਦੇ ਆ ਤੇ ਬੂਟਾ ਸਿੰਘ ਤੇ ਕੀ ਇਤਰਾਜ਼ ਨੇ ਬਿੱਟੂ ਚਾਹਾਨ ਨੂੰ ਬਿੱਟੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਮਰਤਪਾਲ ਦੀ ਤੁਸੀਂ ਸਪੋਰਟ ਕਰ ਰਹੇ ਹੋਗੇ ਇੱਕ ਮੁਸਲਮਾਨ ਹੋਣ ਦੇ ਨਾਤੇ ਤੇ ਬੂਟਾ ਸਿੰਘ ਉਹ ਵੀ ਸਿੱਖਾ ਅਮਰਤਪਾਲ ਵੀ ਸਿੱਖਾ ਬੂਟਾ ਸਿੰਘ ਦਾ ਤੁਸੀਂ ਵਿਰੋਧ ਕਰ ਰਹੇ ਹੋ ਕਿਉਂ ਬੂਟਾ ਸਿੰਘ ਦਾ ਵਿਰੋਧ ਕਿਉਂ ਮੈਂ ਬੂਟਾ ਸਿੰਘ ਦਾ ਵਿਰੋਧ ਨਹੀਂ ਕਰ ਰਿਹਾ ਉਹਦੀ ਬੋਲੀ ਦਾ ਵਿਰੋਧ ਕਰ ਰਿਹਾ ਜੋ ਉਹ ਬਕਵਾਸ ਕਰ ਰਿਹਾ ਉਹਨੇ ਗੱਲ ਕਹੀ ਹੈ ਕਿ ਅਮਰਤਪਾਲ ਕਿਹੜੇ ਬਾਗ ਦੀ ਮੂਲੀ ਹੈ ਮੈਂ ਇਹ ਪੁੱਛਣਾ ਚਾਹਣਾ ਕਿ ਜਿਹੜੇ ਇਹ ਬਾਗ ਦੀ ਪੈਦਾਵਾਰ ਹੈ ਨਾ ਆਰਐਸਐਸ ਦੀ ਉਹ ਸੀ ਭਲੀ ਭਾਂਤੀ ਅੱਛੀ ਤਰ੍ਹਾਂ ਜਾਣਦੇ ਆ ਇਹ ਸਿੱਖ ਜੇ ਕਹਿੰਦਾ ਕਿ ਅਮਰਤਪਾਲ ਨੇ ਪਹਿਲਾਂ ਬਾਣਾ ਇਹਦਾ ਮਤਲਬ ਮੋਨਾ ਸਿੱਖ ਸੀ ਤੇ ਹੁਣ ਇਹ ਅਮਰਤ ਬਾਣੇ ਦੇ ਵਿੱਚ ਆ ਗਿਆ ਇਹਨਾਂ ਨੇ ਖੁਦ ਵੀ ਤਾਂ ਅਮਰਤ ਛਕਿਆ ਹੋਇਆ ਬੂਟਾ ਸਿੰਘ ਦੀ ਗੱਲ ਹੈ ਬਿਲਕੁਲ ਬੂਟਾ ਸਿੰਘ ਦੀ ਖੁਦ ਮੈਂ ਕਹਨਾ ਕਿ ਇਹਨੇ ਖੁਦ ਅਮਰਤ ਛਕਿਆ ਹੋਇਆ ਹੈ ਔਰ ਇਹਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਹੈ ਕਿ ਨੌਜਵਾਨ ਪੀੜ੍ਹੀ ਨੂੰ ਅਮਰਤਪਾਲ ਆਪਣੇ ਮਗਰ ਲਗਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਦੱਸੇ ਹੋਏ ਰਸਤੇ ਦੇ ਉੱਪਰ ਲੋਕਾਂ ਨੂੰ ਸਿੱਖ ਨੌਜਵਾਨੀ ਨੂੰ ਆਪਨਾ ਅਮਰੇਸ਼ ਕਵਾਰ ਹਨ ਅਮਰਤ ਦੀ ਗੱਲ ਕਰ ਰਹੇ ਹੋ ਤੁਸੀਂ ਕਹਿੰਦੇ ਹੋ ਬੂਟਾ ਸਿੰਘ ਦਾ ਅਮਰਤ ਛਕਿਆ ਹੋਇਆ ਹੈ ਬੂਟਾ ਸਿੰਘ ਦਾ ਵਾਕੂ ਵੀ ਅਮਰਤ ਛਕਿਆ ਹੋਇਆ ਹੈ ਸਭ ਨੂੰ ਪਤਾ ਹੈ ਕਿ ਬੂਟਾ ਸਿੰਘ ਸ੍ਰੀ ਸਾਹਿਬ ਉੱਪਰ ਦੀ ਪੈਣਦੇ ਨੇ ਅਮਰਤ ਛਕਿਆ ਹੋਇਆ ਗੁਰੂ ਘਰ ਚ ਗ੍ਰਾਂਥੀ ਸਿੰਘ ਨੇ ਬੂਟਾ ਸਿੰਘ ਤਾਂ ਇਹ ਵੀ ਕਹਿੰਦੇ ਆ ਕਿ ਅਮਰਤਪਾਲ ਨੇ ਤਾਂ ਅਮਰਤ ਆ ਜਿਹੜਾ ਉਹ ਇੱਕ ਸਵਾਰਥ ਲਈ ਛਕਿਆ ਉਹਦੇ ਪਿੱਛੇ ਕੋਈ ਸਵਾਰਥ ਅਮਰਤ ਛਕਣ ਫਿਰ ਤਾਂ ਇਹਦੇ ਪਿੱਛੇ ਵੀ ਸਵਾਰਥ ਹੋਣਾ ਇਹਨੇ ਵੀ ਆਪਣੇ ਸਵਾਰਥ ਲਈ ਅਮਰਤ ਛਕਿਆ ਹੋਣਾ ਹੈ ਇਹ ਤਾਂ ਉਹ ਕੰਮ ਹੋ ਗਿਆ ਕਿ ਘਰ ਦਾ ਪੇਤੀ ਲੰਕਾ ਠਾਵੇ ਰਾਵਣ ਮਰਦਾ ਨਹੀਂ ਸੀ ਜੇ ਭਵਿਸ਼ਣ ਨਾ ਹੁੰਦਾ ਇਹ ਸਿੱਖ ਕੌਮ ਦੇ ਵਿੱਚ ਭਵਿਸ਼ਣ ਦਾ ਰੋਲ ਅਦਾ ਕਰ ਰਿਹਾ ਸਿੱਖ ਕੌਮ ਦੀ ਜੜਾਂ ਦੇ ਵਿੱਚ ਤਜਾ ਪਾ ਰਿਹਾ ਹੈ ਜੇ ਇਹ ਕਹਿ ਰਿਹਾ ਕਿ ਅੰਮ੍ਰਿਤ ਪਾਨ ਅੰਮ੍ਰਿਤ ਪਾਨ ਨੂੰ ਗਲਤ ਕਰਵਾ ਰਿਹਾ ਤਾਂ ਇਹਨੇ ਕਿਉਂ ਛਕ ਲਿਆ ਜੀ ਫਿਰ ਇਹ ਇਹਨੇ ਕਿਉਂ ਅੰਮ੍ਰਿਤ ਪਾਨ ਕੀਤਾ ਗੁਰੂ ਗੋਬਿੰਦ ਸਿੰਘ ਜੀ ਦੇ ਦੱਸੇ ਹੋਏ ਰਸਤੇ ਦੇ ਉੱਤੇ ਅੱਜ ਸਾਡਾ ਨੌਜਵਾਨ ਅੰਮ੍ਰਿਤਪਾਲ ਲੋਕਾਂ ਨੂੰ ਆਪਣੇ ਨਵੇਂ ਬੱਚਿਆਂ ਨੂੰ ਨਮੀ ਸਿੱਖੀ ਦੇ ਬੱਚਿਆਂ ਨੂੰ ਔਰ ਸਿੱਖੀ ਰਸਤੇ ਦੇ ਉੱਪਰ ਲੈ ਕੇ ਜਾ ਰਿਹਾ ਹੈ ਤਾਂ ਇਹਨੂੰ ਕੀ ਤਕਲੀਫ ਹੋ ਗਈ ਵੀ ਉਹ ਕਹਿੰਦੇ ਬੂਟਾ ਸਿੰਘ ਕਹਿੰਦਾ ਕਿ ਅਮਰਤਪਾਲ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਅਮਰਤਪਾਲ ਬੰਗਾਰ ਰਿਹਾ ਅਮਰਤਪਾਲ ਕਹਿ ਰਿਹਾ ਹੈ ਕਿ ਡੇਢ ਮਹੀਨੇ ਬਾਅਦ ਸਾਡਾ ਕੋਈ ਵੀ ਸੰਘਰਸ਼ ਸ਼ਾਂਤਮਈ ਨਹੀਂ ਹੋਊਗਾ ਤੁਸੀਂ ਹੁਣ ਦੇਖਦੇ ਹੋ ਅਮਰਤਪਾਲ ਦੇ ਐਲਾਨ ਤੋਂ ਬਾਅਦ ਅੱਜ ਅਮਰਤਪਾਲ ਦਾ ਵਿਰੋਧ ਕਰਨ ਲਈ ਸੜਕਾਂ ਤੇ ਕ੍ਰਿਸ਼ਚਨ ਉਤਰਿਆ ਹੈ ਕਿ ਪੰਜਾਬ ਦਾ ਮਾਹੌਲ ਹੁਣ ਖਰਾਬ ਹੋਊਗਾ ਕਿਉਂਕਿ ਅਮਰਤਪਾਲ ਨੇ ਵੀ ਉਧਰੋਂ ਕਹਤਾ ਜੇ ਸਾਡੀਆਂ ਨਹੀਂ ਮੰਗਾ ਮੰਨੀਆਂ ਜਾਣਗੀਆਂ ਤਾਂ ਸਾਡਾ ਸੰਘਰਸ਼ ਸ਼ਾਂਤਮਈ ਨਹੀਂ ਹੋਊਗਾ ਜੇ ਅਮਰਤਪਾਲ ਅਮਰਤਪਾਲ ਆਪਣੇ ਧਰਮ ਦੇ ਲਈ ਕੁਝ ਗੱਲ ਕਹਿ ਰਿਹਾ ਸਿੱਖ ਰਾਸ਼ਟਰ ਦੇ ਲਈ ਗੱਲ ਕਹਿ ਰਿਹਾ ਜਿਹੜੀ ਉਹਨੂੰ ਤਕਲੀਫ ਹੋਈ ਹੈ ਬੂਟਾ ਸਿੰਘ ਨੂੰ ਅਸਲ ਤਾਂ ਇੱਥੋਂ ਤਕਲੀਫ ਹੋਈ ਹੈ ਕਿ ਅਮਰਤਪਾਲ ਸਿੱਖ ਰਾਸ਼ਟਰ ਦੀ ਗੱਲ ਕਰਦਾ ਜਦੋਂ ਇਹਦੇ ਆਕਾ ਜਿਹੜੇ ਹੈਗੇ ਆਰਐਸਐਸ ਵਾਲੇ ਜਿਨ੍ਹਾਂ ਦੀ ਇਹ ਪੈਦਾਵਾਰ ਹੈ ਜਿਸ ਬਾਗ ਦੀ ਇਹ ਫਸਲ ਹੈ ਜਦੋਂ ਉਹ ਹਿੰਦੂ ਰਾਸ਼ਟਰੀ ਦੀ ਗੱਲ ਕਰਦੇ ਨੇ ਜਾਦੇ ਕਿਹੜੀ ਖੱਟ ਦੇ ਵਿੱਚ ਜਾ ਵੜਦਾ ਜਦ ਤੱਕ ਕੋਈ ਬਿਆਨ ਨਹੀਂ ਦਿੰਦਾ ਹੈਗਾ ਜਦ ਤੱਕ ਇਹ ਦਿਖਦਾ ਨਹੀਂ ਬਾਹਰ ਅੱਜ ਅਮਰਤਪਾਲ ਪੰਜਾਬ ਨੂੰ ਨਵੇਂ ਰਸਤੇ ਦੇ ਉੱਪਰ ਲੈ ਕੇ ਜਾ ਰਿਹਾ ਹੈ ਨੌਜਵਾਨੀ ਨੂੰ ਆਪਣੇ ਸਹੀ ਰਸਤੇ ਤੇ ਪਾ ਰਿਹਾ ਹੈ ਤਾਂ ਅੱਜ ਇਹਨੂੰ ਇਹ ਤਕਲੀਫ ਹੋ ਰਹੀ ਹੈ ਇੱਥੋਂ ਤਾਂ ਸਾਫ਼ ਜ਼ਾਹਰ ਹੈ ਕਿ ਉਹ ਆਰਐਸਐਸ ਦਾ ਏਜੰਟ ਹੈ ਅਜੰਤ ਛੱਡ ਕੇ ਇਹਨਾਂ ਨੇ ਇੱਧਰ ਇਹਨੂੰ ਬਾਜ਼ਾਰ ਦੇ ਵਿੱਚ ਭੇਜ ਦਿੱਤਾ ਭਵਿਸ਼ਣ ਬਣਾ ਕੇ ਨੂੰ ਏਜੰਟ ਦੱਸਦੇ ਹਾਂ ਬੂਟਾ ਸਿੰਘ ਦਾ ਨਾਮ ਅਮਰਤ ਪਾਲ ਏਜੰਟ ਹੈ ਸਿੱਧਾ ਕਿਵੇਂ ਹੋਊਗਾ ਕੌਣ ਏਜੰਟ ਹੈ ਇਹ ਤਾਂ ਪਬਲਿਕ ਸਭ ਜਾਣਦੀ ਹੈ ਪੰਜਾਬ ਸਾਰਾ ਜਾਣਦਾ ਕੌਣ ਏਜੰਟ ਹੈ ਕੌਣ ਕੌਣ ਦਲਾਲ ਹੈ ਇਹਦੇ ਵਿੱਚ ਕੋਈ ਉਹ ਦੋਰਾਏ ਵਾਲੀ ਗੱਲ ਨਹੀਂ ਹੈਗੀ ਏਜੰਟ ਦੀ ਗੱਲ ਕਰਦੇ ਹੋ ਤੁਸੀਂ ਕਹਿੰਦੇ ਹੋ ਬੂਟਾ ਸਿੰਘ ਏਜੰਟਾ ਪਰ ਬੂਟਾ ਸਿੰਘ ਕਹਿੰਦਾ ਕਿ ਆਰਐਸਐਸ ਨੇ ਜਾਂ ਕਹਿ ਦਈਏ ਏਜੰਸੀਆਂ ਨੇ ਅਮਰਤ ਪਾਲ ਨੂੰ ਦੁਬਾਰਾ ਸੰਤ ਭਿੰਡਰਾਂ ਵਾਲੇ ਬਣਾ ਕੇ ਭੇਜਤਾ ਜਵਾਨੀ ਦਾ ਨੁਕਸਾਨ ਕਰਨ ਲਈ ਸਿੱਖ ਕੌਮ ਦਾ ਨੁਕਸਾਨ ਕਰਨ ਲਈ ਕਹਿੰਦੇ 84 ਚ ਨੁਕਸਾਨ ਹੋਇਆ ਜਵਾਨੀ ਦਾ ਕੀ ਜਵਾਨੀ ਦਾ ਕਿਉਂ ਨਹੀਂ ਕਿਵੇਂ ਨੁਕਸਾਨ ਕਿਵੇਂ ਹੋਇਆ ਇਹ ਪਹਿਲਾਂ ਪੂਰੀ ਗੱਲ ਦੱਸੇ ਨਾ ਮੈਂ ਇੱਕ ਮੁਸਲਮਾਨ ਹੁੰਦਿਆ ਹੋਇਆ ਅੱਜ ਸਿੱਖ ਧਰਮ ਦੀ ਐਡੀ ਰਿਸਪੈਕਟ ਕਰ ਰਿਹਾ ਜਿਹੜਾ ਨੁਕਸਾਨ ਇਹ ਕਹਿ ਰਿਹਾ ਨੁਕਸਾਨ ਉਹ ਕੋਈ ਨੁਕਸਾਨ ਨਹੀਂ ਸੀ ਉਹ ਸ਼ਹੀਦੀਆਂ ਸੀਗੀਆਂ ਜਦੋਂ ਤੁਸੀਂ ਹਰਮੰਦਰ ਸਾਹਿਬ ਦੇ ਉੱਤੇ ਜੁੱਤੀਆਂ ਲੈ ਕੇ ਚੜ ਗਏ ਹੋ ਟੈਂਕ ਲੈ ਕੇ ਜਾ ਬਣੇ ਹੋ ਅੰਦਰ ਹੈ ਜਦ ਬੂਟਾ ਸਿੰਘ ਵਰਗੇ ਕਿੱਥੇ ਕਿਹੜੀਆਂ ਖੱਡਾਂ 'ਚ ਬੜੇ ਹੋਏ ਸੀਗੇ ਜਦੋਂ ਉਹ ਬੱਚੇ ਬੰਦੇ ਉੱਥੇ ਸ਼ਹੀਦ ਹੋਏਨ ਜਿਨ੍ਹਾਂ ਨੇ ਇਹ ਕਹਿ ਰਿਹਾ ਵੀ ਕਿ ਮਾਰੇ ਗਏਨ ਗਲਤ ਰਸਤੇ ਚੱਲਣ ਉਹ ਸਾਡੇ ਸ਼ਹੀਦ ਨਾ ਹੋ ਉਹ ਸਿੱਖ ਕੌਮ ਦੇ ਸ਼ਹੀਦ ਨਾ ਹੋ ਉਹਨਾਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਔਰ ਇਹ ਕਹਿ ਰਿਹਾ ਕਿ ਸਿਰ ਦੇਣ ਦੀ ਗੱਲ ਕਰਦਾ ਇਹ ਤਾਂ ਸਿਰ ਦੇਣ ਸਿਰ ਲੈਣ ਦੀ ਨਹੀਂ ਸਿਰ ਦੇਣ ਦੀ ਗੱਲ ਕਰਦਾ ਸਿਰ ਦੇਣ ਦੀ ਤਾਂ ਤਨਤਨ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀਗੀ ਉਹਨਾਂ ਨੇ ਪਹਿਲਾਂ ਅਮਰਤ ਛਕਿਆ ਪੰਜ ਪਿਆਰਿਆਂ ਨੂੰ ਅਮਰਤ ਛਕਾਇਆ ਫਿਰ ਉਹਨਾਂ ਤੋਂ ਖੁਦ ਅਮਰਤ ਛਕਿਆ ਇੱਥੋਂ ਇਹ ਪਤਾ ਲੱਗਦਾ ਨਾ ਕਿ ਅਮਰਤ ਛਕ ਕੇ ਅਮਰਤ ਬਾਣੇ ਦੇ ਵਿੱਚ ਆ ਕੇ ਬੰਦਾ ਧਰਮ ਦੇ ਵਿੱਚ ਆ ਕੇ ਧਰਮ ਦੇ ਆਧਾਰ ਦੇ ਨਾਲ ਚੱਲ ਰਿਹਾ ਔਰ ਜਿਹੜਾ ਕਿ ਇਹ ਖੁਦ ਆਪ ਇਹਨੇ ਅੰਮ੍ਰਿਤ ਛਕਿਆ ਹੋਇਆ ਕਿਤੇ ਸਵਾਲ ਉੱਠਦੇ ਆ ਇਹ ਚੀਜ਼ ਤੇ ਕਿਉਂਕਿ ਬੂਟਾ ਸਿੰਘ ਖੁਦ ਇੱਕ ਅੰਮ੍ਰਿਤਧਾਰੀ ਆ ਉਹ ਕਹਿੰਦਾ ਕਿ ਅੰਮ੍ਰਿਤ ਤੋਂ ਸਵਾਰਥ ਨਹੀਂ ਸਕਿਆ ਬੂਟਾ ਸਿੰਘ ਬੂਟਾ ਸਿੰਘ ਕਹਿੰਦਾ ਕਿ ਅੰਮ੍ਰਿਤਪਾਲ ਨੇ ਅੰਮ੍ਰਿਤ ਸਵਾਰਥ ਨਹੀਂ ਸਕਿਆ ਤੇ ਅੰਮ੍ਰਿਤ ਛਕਣਾ ਕਿਸੇ ਦਾ ਜੀਵਨ ਪਰਵਰਤਨ ਨਹੀਂ ਹੁੰਦਾ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਹਿਲਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਫਿਰ ਉਹਨਾਂ ਤੋਂ ਆਪ ਅੰਮ੍ਰਿਤ ਪਾਨ ਕੀਤਾ جے અમૃતਪਾਨ ਇਹ ਕਹਿ ਰਹੇ ਹਨ ਨਾ ਜਿਹੜਾ ਬੂਟਾ ਸਿੰਘ ਕਿ અમૃતਪਾਨ ਗਲਤ ਕਰਵਾ ਰਿਹਾ ਹੈ ਤਾਂ અમૃતਪਾਨ ਜਿਹੜਾ ਛਕਾਇਆ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਛਕਾਇਆ ਉਹਨਾਂ ਨੂੰ ਛਕਾਇਆ ਜਿਹੜੇ ਕਿ ਭੇਡਾਂ ਚਾਰਦੇ ਸੀ ਕੋ ਮੱਕਣੀਆਂ ਚਾਰਦੇ ਜਿਨ੍ਹਾਂ ਨੂੰ ਧਰਮ ਦੇ ਬਾਰੇ ਕੁਝ ਪਤਾ ਨਹੀਂ ਸੀ ਲੋਕਾਂ ਨੂੰ ਦਬੇ ਕੁਚਲੇ ਸਮਝਦਾ ਸੀ ਉਹਨਾਂ ਨੂੰ ਪੰਜ ਪਿਆਰੇ ਬਣਾ ਕੇ ਉਹਨੋ ਉਹ ਖੁਦ ਫੇਰ ਅਮਰਤਪਾਲ ਕੀਤਾ ਇਹ ਇਹ ਸਵਾਲ ਜੇ ਅਗਰ ਅਮਰਤਪਾਲ ਤੇ ਕਰ ਰਿਹਾ ਹੈ ਨਾ ਕਿ ਅਮਰਤਪਾਲ ਅਮਰਤਪਾਲ ਪਾਨ ਗਲਤ ਕਰਵਾ ਰਿਹਾ ਤਾਂ ਇਹ ਸਵਾਲ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸਵਾਲ ਉਠਾ ਰਿਹਾ ਹੈ ਇਹ ਔਰ ਮੈਂ ਇਹ ਕਹਿ ਰਿਹਾ ਕਿ ਸਿੱਖੀ ਦਾ ਸਿੱਖੀ ਦਾ ਦੁਸ਼ਮਣ ਹੈ ਇਹ ਇਹ ਬੂਟਾ ਸਿੰਘ ਸਿੱਖੀ ਦਾ ਦੁਸ਼ਮਣ ਆ ਆਪਾਂ ਮੰਨ ਲੈਂਦੇ ਆ ਸਿੱਖੀ ਦਾ ਦੁਸ਼ਮਣ ਆ ਬੂਟਾ ਸਿੰਘ ਸਿੱਖੀ ਦੇ ਵਿੱਚ ਵੜ ਕੇ ਤੁਸੀਂ ਕਹਿੰਦੇ ਹੋ ਸਿੱਖੀ ਨੂੰ ਢਾਹ ਲਾ ਰਿਹਾ ਬੂਟਾ ਸਿੰਘ ਅ ਬਿਵਲੂਸ਼ਨ ਪੈਦਾ ਕੀਤਾ ਬੂਟਾ ਸਿੰਘ ਤੁਸੀਂ ਕਹਿੰਦੇ ਹੋ ਅਮਰਤਪਾਲ ਦਾ ਵਿਰੋਧ ਹੋ ਰਿਹਾ ਹੈ ਅਮਰਤਪਾਲ ਵੀ ਕਹਿੰਦਾ ਸ਼ਾਂਤਮਈ ਪ੍ਰਦਰਸ਼ਨ ਨਹੀਂ ਕਰਨਾ ਕੀ ਹੋਊਗਾ ਪੰਜਾਬ ਦੇ ਮਾਹੌਲ ਦਾ ਆਉਣ ਵਾਲਾ ਸਮਾਂ ਹੋਊਗਾ ਕਹੇ ਦਾ ਪੰਜਾਬ ਦਾ ਨੁਕਸਾਨ ਹੋਊਗਾ ਕਿਉਂਕਿ ਬੂਟਾ ਸਿੰਘ ਬਾਰ ਬਾਰ ਕਹਿੰਦਾ ਕਹਿੰਦਾ ਏਜੰਸੀਆਂ ਨੇ ਦੁਬਾਰਾ ਸੰਤ ਭਿੰਡਰਾਂ ਵਾਲਿਆਂ ਨੂੰ ਭੇਜਤਾ ਪੈਦਾ ਕਰਕੇ ਅਮਰਤਪਾਲ ਦੇ ਜ਼ਰੀਏ ਇਹ ਖੁਦ ਬੂਟਾ ਸਿੰਘ ਵਰਗੇ ਹੀ ਨੁਕਸਾਨ ਕਰਾਉਣ ਵਾਲੇ ਤਰੇ ਹੋਏ ਨਾ ਅਮਰਤਪਾਲ ਜੀ ਬੜੇ ਹੀ ਨਿਮਰਤਾ ਦੇ ਨਾਲ ਔਰ ਉਹਨਾਂ ਦੀ ਤੁਸੀਂ ਦੇਖ ਲਿਓ ਕਦੇ ਗਰਦਨ ਵੀ ਉਹਨਾਂ ਦੀ ਐ ਝੁਕੀ ਰਹਿੰਦੀ ਹੈ ਹਮੇਸ਼ਾ ਨੀਮੀ ਪਾ ਕੇ ਤੁਰਦੇ ਨੇ कोरोना ਦਾ ਬੋਲਣ ਦਾ ਲਿਹਾਜ਼ਾ ਦੇਖੋ ਉਹਨਾਂ ਦੇ ਬੋਲਣ ਦਾ ਢੰਗ ਦੇਖੋ ਔਰ ਇਸ ਦਾ ਵੀ ਦੇਖ ਲਓ ਬੋਲਣ ਦਾ ਢੰਗ ਕਿਵੇਂ ਦੇਖਦੇ ਹੋ ਤੁਸੀਂ ਇਹ ਚੀਜ਼ ਨੂੰ ਜਿਹੜਾ ਅਮਰਪਾਲ ਵਿਰੋਧ ਕਰਦਾ ਹੈ ਧਰਮ ਪਰਿਵਰਤਨ ਦਾ ਸਹੀ ਹੈ ਜਾਂ ਗਲਤ ਹੈ ਉਹ ਕਿਉਂਕਿ ਮੁਸਲਮਾਨ ਕਮਿਊਨਿਟੀ ਦੇ ਉੱਤੇ ਜੇ ਗੱਲ ਕਰ ਲਈਏ ਤਾਂ ਸਿੱਖਾਂ ਤੇ ਮੁਸਲਮਾਨਾਂ ਦੇ ਵਿੱਚ ਅਕਸਰ ਲੜਾਈ ਹੁੰਦੀ ਸੀ ਪਹਿਲਾਂ ਜਿਹੜੀ ਪ੍ਰਚਲਿਤ ਹੋਈ ਗੱਲ ਇਹ ਕਿ ਮੁਸਲਮਾਨ ਲੋਕਾਂ ਦਾ ਧਰਮ ਪਰਿਵਰਤਨ ਕਰਦੇ ਆ ਤੇ ਸਿੱਖ ਉਸ ਜ਼ਬਰ ਦੇ ਖਿਲਾਫ ਲੜਦੇ ਸੀਗੇ ਜਿਹੜੇ ਮੁਸਲਮਾਨ ਜਿਹੜਾ ਲੋਕਾਂ ਦੇ ਉੱਪਰ ਜ਼ਬਰ ਕਰਦੇ ਸੀ ਤੱਕੇ ਨਾਲ ਜਿਹੜਾ ਧਰਮ ਪਰिवर्तन ਕਰਵਾਉਂਦੇ ਸੀ ਕਿਉਂਕਿ ਸਿੱਖਾਂ ਦੇ ਖਾਂ ਦੇ ਗੁਰੂਆਂ ਨੇ ਕੁਰਬਾਨੀਆਂ ਕਰਤੀਆਂ ਕਿਉਂਕਿ ਸਿੱਖਾਂ ਦੇ ਗੁਰੂਆਂ ਨੇ ਧਰਮ ਪਰिवर्तन ਦੇ ਖਿਲਾਫ ਵਿਰੋਧ ਚ ਕੁਰਬਾਨੀਆਂ ਕੀਤੀਆਂ ਤੇ ਬੂਟਾ ਸਿੰਘ ਕਹਿੰਦਾ ਅੰਮ੍ਰਿਤਪਾਲ ਗਲਤ ਕਰ ਰਿਹਾ ਜੇ 크੍ਰੈਸਚਨਾਂ ਨੂੰ ਬੰਗਾਰ ਰਿਹਾ ਬਿਲਕੁਲ ਤੁਸੀਂ ਮੈਂ ਇੱਕ ਮੁਸਲਮਾਨ ਹੋਣ ਦੇ ਨਾਤੇ ਤੁਹਾਨੂੰ ਦੱਸਣਾ ਚਾਹਣਾ ਜਿਹੜੀ ਮੁਸਲਮਾਨਾਂ ਦੇ ਉੱਪਰ ਇਹ ਗੱਲ ਆਉਂਦੀ ਪ੍ਰਚਲਿਤ ਰਹੀ ਹੈ ਕਿ ਵੀ ਇਹ ਤਲਵਾਰ ਦੇ ਜ਼ੋਰ ਦੇ ਨਾਲ ਫਲਾਇਆ ਗਿਆ ਹੈ ਜਿੱਥੇ ਇਹ ਗੱਲ ਆਈ ਹੈ ਕਿ ਮੁਸਲਮਾਨ ਧਰਮ ਨੂੰ ਤਲਵਾਰ ਦੇ ਜ਼ੋਰ ਤੇ ਫਲਾਇਆ ਗਿਆ ਉਥੇ ਇਹ ਵੀ ਦਾਇਆ ਹੈ ਕਿ ਨਵਾਬ ਸ਼ੇਰ ਮੁਹੰਮਦ ਖਾਨ ਨੇ ਫਤਿਹਗੜ੍ਹ ਸਾਹਿਬ ਜਾ ਕੇ ਹਾ ਦਾ ਨਾਰਾ ਵੀ ਮਾਰਿਆ ਉਥੇ ਇਹ ਬੂਟਾ ਸਿੰਘ ਔਰ ਉਰਫ ਭਵੀਸ਼ਨ ਇਹ ਕੀ ਕੀ ਕਹਿ ਰਿਹਾ ਜਦੋਂ ਕਿ ਇਹਨੂੰ ਮੈਂ ਤਾਂ ਇਹ ਗੱਲ ਕੁੱਲ ਮਿਲਾ ਕੇ ਇਹ ਗੱਲ ਕਹਿਣਾ ਚਾਹਣਾ ਤੁਹਾਡੇ ਚੈਨਲ ਦੇ ਰਾਹੀਂ ਬੂਟਾ ਸਿੰਘ ਵਰਗੇ ਦੇ ਉੱਪਰ ਤੁਸੀਂ ਬਲਾ ਕੇ ਇਹਨਾਂ ਨੂੰ ਚੌਂਕ ਦੇ ਵਿੱਚ ਇਹ ਤਾਂ ਸ਼ਤਰੋਲ ਹੋਣੀ ਚਾਹੀਦੀ ਹੈ ਕਿ ਤੂੰ ਕੀ ਇਹ ਕਰ ਰਿਹਾ ਹੈ ਜਿਹੜੇ ਨੌਜਵਾਨ ਅੱਜ ਸਿੱਖੀ ਬਾਣੇ ਦੇ ਵਿੱਚ ਆਉਣ ਨੂੰ ਆਉਣਾ ਚਾਹੁੰਦੇ ਨੇ ਆ ਰਹੇ ਨੇ ਤੇ ਉਹਨਾਂ ਦੀ ਤਕਲੀਫ ਮੰਨ ਰਹੇ ਹੈ ਇਹਨੂੰ ਤਾਂ ਬਾਜ਼ਾਰ ਦੇ ਵਿੱਚ ਲਿਆ ਕੇ ਲੋਕਾਂ ਦੇ ਵਿੱਚ ਇਸ ਨੂੰ ਪੁੱਛਣਾ ਚਾਹੀਦਾ ਹੈ ਕਿ ਤੂੰ ਖੁਦ ਇੱਕ ਸਿੱਖੀ ਬਾਣੇ ਦੇ ਵਿੱਚ ਹੈ ਤੈਨੇ ਅੰਮ੍ਰਿਤ ਛਕਿਆ ਹੋਇਆ ਹੈ ਤੈਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਹੈ ਦਰਸ਼ਕੋ ਜੇ ਗੱਲ ਕਰ ਲਈਏ ਵਿਵਾਦਾਂ ਦੀ ਤਾਂ ਪੰਜਾਬ ਦੇ ਵਿੱਚ ਜਿਵੇਂ ਹੁਣ ਸਾਡੇ ਨਾਲ ਬਿੱਟੂ ਚੋਹਾਨ ਮਦੂਦ ਸੀਗੇ ਮੁਸਲਮਾਨ ਭਰਾ ਰਹੇਗੇ ਇਹ ਅੰਮ੍ਰਿਤਪਾਲ ਦੀ ਸਪੋਰਟ ਦੇ ਵਿੱਚ ਨੇ ਤੇ ਬੂਟਾ ਸਿੰਘ ਕਹਿੰਦੇ ਗਲਤ ਕਰ ਰਹੇ ਨੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਧਾਰਮਿਕ ਮੁੱਦਿਆਂ ਦੇ ਵਿੱਚ उलझा ਕੇ ਪੰਜਾਬ ਦੇ ਅਸਲੀ ਮੁੱਦਿਆਂ ਦੀ ਗੱਲ ਨਾ ਕਰਨ ਲੋਕ ਕਿਤੇ ਨਾ ਕਿਤੇ ਲੱਗਦਾ ਹੈ ਕਿ ਏਜੰਸੀਆਂ ਇਹ ਚਾਹੁੰਦੀਆਂ ਨੇ ਇਹ ਸਮਝ ਤੋਂ ਬਾਹਰ ਹੈ ਕਿ ਕੌਣ ਏਜੰਸੀਆਂ ਦੀ ਪਦੈਸ਼ ਹੈ ਕਿਆਂ ਨੇ ਕਿਹਨੂੰ ਜਿਹੜਾ ਪੈਦਾ ਕੀਤਾ ਹੈ ਕਿਉਂਕਿ ਬੂਟਾ ਸਿੰਘ ਕਹਿੰਦਾ ਹੈ ਅਮਰਤਪਾਲ ਨੂੰ ਏਜੰਸੀਆਂ ਨੇ ਜਿਹੜਾ ਪਲਾਨ ਕੀਤਾ ਹੈ ਤੇ ਬਿੱਟੂ ਚਾਹਣ ਕਹਿੰਦੇ ਬੂਟਾ ਸਿੰਘ ਹੈ ਜਿਹੜਾ ਉਹ ਏਜੰਸੀਆਂ ਦੀ ਪਦੈਸ਼ਾ ਚੈਨਲ ਸੀਰਤ ਪੰਜਾਬ ਦੀ ਨਾਦਰਸ਼ ਕੋ ਜੁੜੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ